ਕੋਈ ਟਾਈਮ ਹੁੰਦਾ ਵੀ ਗੋਲਡਨ ਟਾਈਮ ਜੱਗੂ ਮੇਰੇ ਵੀਰੋ ਥੋੜੀ ਇੰਜਰੀ ਵੀ ਆਈ ਹੈ ਪਰ ਲੋਕ ਮਿਸ ਕਰਦੇ ਰਹੇ ਹੈ ਵੀ ਜੱਗੂ ਨੇ ਤਾਂ ਲਾਤੀ ਜਿਵੇਂ ਕਹਿੰਦੇ ਹੁੰਦੇ ਵੀ ਠੇਠ ਪੰਜਾਬੀ ਚ ਕਹਿੰਦੇ ਹੈ ਵੀ ਮੁੰਡੇ ਨੇ ਸਿਰਾ ਲਾਤਾ ਹੈ ਉਹ ਟਾਈਮ ਹੈ ਹੱਕ ਮਾਰੀਏ ਜੱਗੂ ਦਾ ਅੱਜ ਦੇ ਸਮੇਂ ਦੇ ਵਿੱਚ ਆਹ ਮੈਚ ਕਹਿੰਦੇ ਸਿਰੇ ਦਾ ਮੇਰੇ ਵੀਰੋ ਟੱਕਰ ਸਿਰੇ ਦੀ ਹੋਣੀ ਹੈ ਬਰਸਾਲਪੁਰੀ ਹੈ ਕਹਿੰਦੇ ਅਰਸ਼ ਅੰਮ੍ਰਿਤ ਵਰਗੇ ਕਹਿੰਦੇ ਖਿਡਾਰੀ ਤਿਆਰ ਨੇ ਇੱਧਰ ਹਰਮਨ ਘੋਰੀ ਹੈ ਗੁਰਦਿਆਲਾ ਭਿੰਡਰਾਂ ਵਾਲਾ ਐਨ ਸਿਰ ਦੀ ਟੱਕਰ ਰੋਡਿਆਂ ਵਾਲਾ ਕਰਦੇ ਗੱਲ ਯਾਰਾ ਚੋਟੀ ਦਾ ਮੁਕਾਬਲਾ ਹੋਰ ਸ਼ੁਰੂ ਹੋਣ ਜਾ ਰਿਹਾ ਹੈ ਚੋਟੀ ਦਾ ਮੁਕਾਬਲਾ ਅਰਮਾਨ ਟਰੈਵਲਸ ਬਹੁਤ ਵੱਡਾ ਨਾਮ ਹੈ ਜੇ ਟਿਕਟਾਂ ਟੁਕਟਾਂ ਲੈਣੀਆਂ ਹੁੰਦੀਆਂ ਬਾਹਰ ਅੰਦਰ ਆਉਣ ਜਾਣ ਲੱਗਿਆ ਨੇ ਤੇ ਜਾਂ ਕਿਸੇ ਪਾਸੇ ਅਪਲਾਈ ਕਰਨਾ ਹੁੰਦਾ ਵੀਰਾਂ ਨਾਲ ਜ਼ਰੂਰ ਸੰਪਰਕ ਕਰ ਲਿਆ ਕਰੋ ਅਰਮਾਨ ਟਰੈਵਲਸ ਬਾਘਾ ਪੁਰਾਣਾ ਬਹੁਤ ਪਿਆਰੇ ਵੀਰ ਨੇ ਕੰਮ ਤੇ ਹੋਰ ਵੀ ਬੜੇ ਕਰਦੇ ਆ ਪਰ ਇੱਕ ਲਿਆਕਤ ਹੁੰਦੀ ਹੈ ਇੱਕ ਨਿਮਰਤਾ ਹੁੰਦੀ ਹੈ ਇੱਕ ਆਏ ਵੀਰਾਂ ਨਾਲ ਗੱਲਬਾਤ ਕਰਨ ਦਾ ਤੌਰ ਤਰੀਕਾ ਹੁੰਦਾ ਹੈ ਵੀ ਅਮਨ ਮੈਚ ਸ਼ੁਰੂ ਹੋ ਗਿਆ ਲਓ ਗੁਰੂ ਸਰੀਆ ਇਸ ਵੇਲੇ ਕਹਿੰਦੇ ਸੁਖਵੀਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀ ਹੈ ਇੱਕ ਪਾਸੇ ਅਖਲੀ ਵੀ ਰਾਮੋਲੀਏ ਜੱਗੀ ਨੇ ਨਿਊਜ਼ੀਲੈਂਡ ਤੋਂ ਟੀਮ ਬਣਾਈ ਹੈ ਦੂਸਰੇ ਪਾਸੇ ਜਗਦੇਵ ਉਹਨਾਂ ਨੇ ਕੈਨੇਡਾ ਤੋਂ ਪਿਆਰ ਹੈ ਭਰਾਵਾਂ ਦਾ ਹਰ ਸਾਹਮਣੇ ਪਈ ਹੋ ਰੇਡ ਇਹਨੂੰ ਕਹਿੰਦੇ ਹਨੀ ਤਾਊ ਕਹਿੰਦੇ ਹੈ ਆਹ ਮੁਕਾਬਲਾ ਸਖਤ ਹੈ ਮੇਰੇ ਵੀਰੋ ਬਰਸਾਲਪੁਰ ਦੀ ਧਰਤੀ ਹੈ ਕਮਾਲ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆਹ ਨੌਜਵਾਨ ਕਹਿੰਦੇ ਸੀਜ਼ਨ ਦਾ ਨੰਬਰ 1 ਬਣਿਆ ਸ਼ਮਸ਼ਪੁਰੀਏ ਸੁਲਤਾਨ ਦਾ ਰਿਕਾਰਡ ਹੈ ਤਿੰਨ ਵਾਰ ਇੰਡੀਆ ਦੇ ਸੀਜ਼ਨ ਦਾ ਬੈਸਟ ਬਣਦਾ ਹੈ ਕਿਤੇ ਮੁਸੀਆਂ ਵਾਲੇ ਕੁਲਜੀਤੇ ਦਾ ਰਿਕਾਰਡ ਆਹ ਖਿਡਾਰੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਰਿਕਾਰਡ ਬਣਾਉਂਦਾ ਪਰ ਆਹ ਸੀਜ਼ਨ ਦਾ ਪਹਿਲੇ ਨੰਬਰ ਦਾ ਖਿਡਾਰੀ ਪੰਜਾਬ ਦੇ ਕੱਪਾਂ ਦਾ ਕੁਲਵਿੰਦਰ ਧਰਮਪੁਰੇ ਵਾਲਾ ਜਲਵੇੜੇ ਵਾਲਾ ਕਬੱਡੀ 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 ਆਹ ਹਰਮਨ ਘੋਰੀਏ ਵਾਲਾ ਖੇਡ ਮੈਦਾਨ ਦੇ ਵਿੱਚ ਨੈਬ ਸਿੰਘ ਦੀ ਡੈਣੀ ਕਿਹਦੇ ਹੱਕ ਦੇ ਵਿੱਚ ਵਿਸਲ ਮਾਰਦੇ ਵੀ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਨੰਬਰ ਇਸ ਵੇਲੇ ਕੁਲਵਿੰਦਰ ਦੇ ਹਿੱਸੇ ਜਾ ਜੁੜਿਆ ਮਹਿਲ ਸਿੰਘ ਜੀ ਦਾ ਫੈਸਲਾ ਔਰ ਥੋੜੀ ਨੋਕ ਝੋਕ ਹੈ ਲਓ ਸਾਹਮਣੇ ਕਹਿੰਦੇ ਭਿੰਡਰਾਂ ਵਾਲਾ ਪਿਸਟਲ ਤਿਆਰ ਬਰ ਤਿਆਰ ਹੈ ਪਿਸਟਲ ਜਿੰਨੇ ਨੰਬਰ ਲਵੇਗਾ ਜੱਗੀ ਰਾਮੂ ਵਾਲਾ ਨਿਊਜ਼ੀਲੈਂਡ ਤੇ ਜਸਮੇਲ ਸਿੰਘ ਦੀ ਬਰਾੜ ਬਾਘਾ ਪੁਰਾਣਾ ਹਰ ਨੰਬਰ ਦੇ ਉੱਪਰ 1100 ਦਿੱਤਾ ਜਾਣਾ ਜਿੰਨੇ ਵੀ ਨੰਬਰ ਪਿਸਟਲ ਪ੍ਰਾਪਤ ਕਰੇਗਾ ਤੇ ਜੱਗੂ ਦਾ ਹਰੇਕ ਜੱਫਾ ਵੀ ਆਈ ਪੀ ਟਰੈਵਲਸ ਵਾਲੇ ਕਹਿੰਦੇ ਵੀ 500 ਦਾ ਸਾਡੇ ਵੱਲੋਂ ਹੋਵੇਗਾ ਤੇ ਅਰਮਾਨ ਟਰੈਵਲਸ ਵਾਲੇ ਵੀਰਾਂ ਦੇ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡਾ ਪਿਆਰ ਸਤਿਕਾਰ ਪੁੱਜਿਆ ਮੈਂ ਤੈਨੂੰ ਧੰਨਵਾਦ ਕਰਦਾ ਬਾਈ ਹਰਪਿੰਦਰ ਹੋਣਾ ਦਾ ਪਰ ਮੈਚ ਸਿਰੇ ਦਾ ਟੱਕਰ ਚੋਟੀ ਦੀ ਹੈ ਟੀਮਾਂ ਦੋਨੇ ਸਿਰੇ ਦੀਆਂ ਪਰ ਗੱਲ ਕਿੱਦਾਂ ਦੀ ਬਣਦੀ ਹੈ ਜਿੱਤੂ ਕੌਣ ਅੰਦਾਜ਼ੇ ਲੱਗ ਰਿਹਾ ਹਾਂ ਰੀਪਲੇ ਹੈ ਜੀ ਆਹ ਨੰਬਰ ਦਾ ਨੈਬ ਸਿੰਘ ਦੀ ਡੈਣੀ ਦਾ ਇਸ਼ਾਰਾ ਵੀ ਆਹ ਨੰਬਰ ਦਾ ਰੀਪਲੇ ਹੈ ਪਿਸਲ ਭਿੰਡਰਾਂ ਵਾਲਾ ਕਬੱਡੀ ਭਾਰ ਹੈ ਰਾਮੋਲੀਏ ਜੱਗੀ ਨਾਲ ਪਿਆਰ ਹੈ ਸਾਹਮਣੇ ਪਈ ਹੋ ਰੇਡ ਆਹ ਬੋਲਿਆ ਹੋਇਆ ਢਾਬਾ ਹੁਣ ਕਿਹੜਾ ਖਿਡਾਰੀ ਬਰਸਾਲਪੁਰੀ ਹੈ ਆਹ ਵੇਖਣਾ ਵੀ ਇਸ ਵੇਲੇ ਪਰ ਪਿਸਲ ਭਿੰਡਰਾਂ ਵਾਲਾ ਜਿਹੜਾ ਨੰਬਰ ਲੱਗੇਗਾ ਜੱਗੀ ਰਾਮੋਲਾ ਨਿਊਜ਼ੀਲੈਂਡ ਦੇ ਜਸਵੇਲ ਸਿੰਘ ਦੀ ਬਰਾੜ ਹੋਣਾ ਵੱਲੋਂ ਹਰ ਨੰਬਰ ਦੇ ਉੱਪਰ 1100 ਦਿੱਤਾ ਜਾਣਾ ਹੈ ਇੱਕ ਨੰਬਰ ਜਿਹੜਾ ਹੋਲਡ ਹੈ ਆਹ ਮੈਚ ਤੋਂ ਬਾਅਦ 70 ਦੇ ਫਾਈਨਲ ਦੀਆਂ ਟੀਮਾਂ 70 ਦੇ ਫਾਈਨਲ ਦੀਆਂ ਟੀਮਾਂ ਸੁਖਦੀਪ ਕੈਨੇਡਾ ਤੇ ਮਾਨ ਜੱਟਪੁਰਾ ਵੀਰਾਂ ਦੇ ਵੀ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਇੰਦਰਜੀਤ ਬਰੀ ਸਮਾਨੇ ਵਾਲਾ ਤਕੜਾ ਨੰਬਰ ਜੋੜ ਗਿਆ ਗੁਰੂ ਸਰੀਆ ਸੁਖਵੀਰ ਕਬੱਡੀ ਪਾ ਰਿਹਾ ਮੁੰਡਾ ਕਹਿੰਦੇ ਫਰੀਦਕੋਟ ਦੀ ਹੈ ਚਾਰ ਨੇ ਚਾਰੇ ਤਿਆਰ ਬਰ ਤਿਆਰ ਅੰਮ੍ਰਿਤ ਬਰਸਾਲਪੁਰੀਆ ਇੱਕ ਪਾਸੇ ਲੱਗਾ ਹੋਇਆ ਦੂਸਰੇ ਪਾਸੇ ਅਰਸ਼ ਬਰਸਾਲਪੁਰੀਆ ਲੱਗਾ ਹੋਇਆ ਤੇ ਵਿਚਕਾਰ ਕਹਿੰਦੇ ਜੱਗੂ ਵਰਗੇ ਨੌਜਵਾਨ ਤਿਆਰ ਬਰ ਤਿਆਰ ਵੱਜਦੀਆਂ ਪੱਟਾਂ ਤੇ ਥਾਪੀਆਂ ਪਰ ਗੁਰੂ ਸਰੀਆ ਕਹਿੰਦੇ ਉੱਡੀ ਉੱਡ ਜੋ ਕਰਦਾ ਕੁਲਵਿੰਦਰ ਜਲਵੇੜੇ ਵਾਲਾ ਆ ਗਿਆ ਮਨ ਕਰੀ ਗਾਣੇ ਸੁਣਾ ਜਲਵੇੜੇ ਵਾਲਾ ਕੁਲਵਿੰਦਰ ਸਾਹੂ ਜਿਹਾ ਸੁਹਾ ਹੈ ਮੇਰੇ ਵੀਰੋ
ਐਨ ਪਿਆਰ ਦੇ ਨਾਲ ਖੇਡਦਾ ਹੈ, ਨਾ ਕੋਈ ਰੌਲਾ ਹੈ। ਆਓ ਸਾਹਮਣੇ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਢੋਲੀਏ ਵਾਲਾ ਹਰਮਨ ਕੋਸ਼ਿਸ਼ ਕਰ ਰਿਹਾ ਹੈ, ਪਰ ਸਾਹਮਣੇ ਵੇਖਦਾ ਵੀ ਕੁਲਵਿੰਦਰ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ। ਪਿਸਟਲ ਭਿੰਡਰਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਰਿਹਾ ਹੈ। ਵਰਿੰਦਰ ਸਿੰਘ ਤੂਰ ਆ ਗਿਆ, ਤੂਰ ਪਰਿਵਾਰ ਦਾ ਗੱਭਰੂ ਆ, ਮਾਪਿਆਂ ਨੇ ਨਾਮ ਵਰਿੰਦਰ ਸਿੰਘ ਰੱਖਿਆ। ਕਬੱਡੀ ਵਾਲੇ ਪਿਸਟਲ ਆਖ ਦਿੰਦੇ ਆ, ਕੋਈ ਪਿਸਤੌਲ ਆਖ ਦਿੰਦਾ, ਉਹ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਬੱਟਾਂ ਤੇ ਥਾਪੀਆਂ, ਕੈਮਰੇ ਫੋਕਸ, ਦੁਨੀਆਂ ਨੇ ਨਿਗਾਹਾਂ ਗੱਡੀਆਂ ਹੋਈਆਂ, ਔਰ ਟੱਕਰ ਸਿਰੇ ਦੀ ਚੱਲਦੀ ਹੈ। ਲੱਗਾ ਪਿਆ ਜ਼ੋਰ ਵੱਜਦਾ ਪੰਪ, ਪਰ ਨੰਬਰ ਪਿਸਟਲ ਨੇ ਜੋੜਿਆ, ਹਰ ਨੰਬਰ ਦੇ ਉੱਪਰ 1100 1100। ਯਗੀ ਰਾਮੂ ਵਾਲਾ ਨਿਊਜ਼ੀਲੈਂਡ ਰਾਮੂ ਵਾਲੀ ਆ, ਮਾਲਵਾ ਕਲੱਬ ਦਾ ਵੱਡਾ ਨਾਮ ਹੈ ਮੇਰੇ ਵੀਰੋ, ਮਾਲਵਾ ਕਲੱਬ ਉਹਦੀ ਜਿੰਦ ਜਾਨ ਹੈ। ਐਮ ਕਹਿੰਦੇ ਜੱਗੀ ਦੀ ਮਾਲਵਾ ਕਲੱਬ ਦੇ ਲਈ ਕਹਿੰਦੇ ਐਮ ਸਭ ਤੋਂ ਵੱਧ ਸਮਾਂ ਦਿੰਦਾ ਰਾਮੂ ਵਾਲੀ ਆ ਜੱਗੀ। ਔਰ ਮੇਰੇ ਵੀਰੋ ਵੇਖਦਾ ਵੀ ਬੱਬੂ ਭਿੰਡਰਾ ਵਾਲਾ ਤੇ ਬੰਨੀ ਸਮਾਣੇ ਦਾ ਨੰਬਰ ਇਸ ਵੇਲੇ ਧਾਵੀ ਦਾ, ਸੁਖਵੀਰ ਦੀ ਇਸ ਵੇਲੇ ਕਬੱਡੀ ਪੈ ਗਈ। ਫਰੀਦ ਕੋਟੀ ਹੈ ਕਿ ਫਰੀਦਾ ਖੱਕ ਨਾ ਨਿੰਦੀ ਹੈ, ਖਾਕੋ ਜੇੜ ਨਾ ਕੋ, ਜੀਵਦਿਆਂ ਪੈਰਾਂ ਤਲੇ ਮੋਹਿਆ ਉੱਪਰ ਹੋਏ ਤਾਂ ਫਰੀਦ ਕੋਟੀਆ ਕਬੱਡੀ ਪਾ ਰਿਹਾ ਹੈ। ਚਾਰ ਨੇ ਚਾਰੇ ਤਿਆਰ ਬਰ ਤਿਆਰ, ਪੱਟਾਂ ਤੇ ਥਾਪੀਆਂ ਵੱਜਦੀਆਂ, ਬਰਸਾਨਪੁਰ ਦੀ ਟੀਮ ਝੋਟੀ ਦੀ ਬਣੀ ਹੈ। ਪਰ ਸਾਹਮਣੇ ਗੀਤਾ ਕੋਟਕੋੜੀਆ ਇਸ਼ਾਰਾ ਕਰ ਗਿਆ ਵੀ ਨੰਬਰ ਰੇਡਰ ਦੇ ਹਿੱਸੇ 'ਚ ਆ ਜਿਹੜਾ ਅਗਲੀ ਕਬੱਡੀ ਪਾਉਣ ਦੇ ਲਈ ਕੁਲਵਿੰਦਰ ਧਰਮਪੁਰੇ ਵਾਲਾ, ਜਲਵੇੜੇ ਵਾਲਾ। ਆਹ ਮੁੰਡੇ ਨੇ ਵੀ ਸ਼ਾਹਕੋਟ ਦੀ ਟੀਮ ਲਈ ਇਹ ਸਰ ਸਿਰਾ ਕਰਨ ਵਾਲੀ ਗੱਲ ਕੀਤੀ ਹੈ। ਲੋਕੀ ਗੱਲਾਂ ਕਰਦੇ ਵੀ ਕੱਦ ਵੀ ਛੋਟਾ, ਮਜਰੀ ਵੀ ਕੋਈ ਜ਼ਿਆਦਾ ਨਹੀਂ, ਪਰ ਜੱਫਾ ਟਾਵਾ ਖਾਂਦਾ, ਬੜੀ ਸਿਆਣੀ ਰੇਡ ਪਾਉਂਦਾ, ਔਰ ਚਰਚਾ ਛਿੜੀ ਹੋਈ ਹੈ ਉਹ ਪੈਂਦੀ ਰੇਡ ਤੇ ਫੈਸਲਾ। ਘੋਲੀਆ ਮਹਿਲ ਸਿੰਘ ਦੀ ਡੈਰੀ ਕਿਹਦੇ ਹੱਕ ਦੇ ਵਿੱਚ ਵਿਸਲ ਮਾਰਦੇ ਆ ਵੀ ਨੰਬਰ ਇਸ ਵੇਲੇ ਜਾਫੀ ਦਾ, ਘੋਲੀਏ ਵਾਲੇ ਹਰਮਨ ਦੇ ਹਿੱਸੇ ਨੰਬਰ ਦਾ ਵਾਧਾ ਹੋ ਗਿਆ। ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਚੱਲ ਰਿਹਾ ਹੈ, ਸਿਰੇ ਦੀ ਟੱਕਰ ਹੈ, ਐਨ ਸਿਰੇ ਦੀ ਟੱਕਰ ਮੇਰੇ ਵੀਰੋ, ਸਿਰੇ ਦੀ ਟੱਕਰ। ਸੁਖਦੀਪ ਕੈਨੇਡਾ ਤੇ ਜੱਟਪੁਰੇ ਵਾਲੇ ਮਾਨ ਦਾ, ਹਰਪ੍ਰੀਤ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਉਧਰ ਪ੍ਰਬੰਧਕ ਆਖਦੇ ਆ ਵੀ ਹੱਕ ਵਾਲੀਏ ਜੱਗੂ ਦਾ ਪਿਆਰ ਹੈ, ਰਾਮੂ ਵਾਲੀਏ ਜਗਦੇਵ ਦੇ ਨਾਲ ਕੈਨੇਡਾ ਤੋਂ ਥੋੜਾ ਇੰਜਰਡ ਹੋਣ ਦੇ ਬਾਵਜੂਦ, ਠੀਕ ਹੋਣ ਨਾ ਹੋਣ ਦੇ ਬਾਵਜੂਦ ਵੀ ਰਾਮੂ ਵਾਲੇ ਪੁੱਜਾ ਹੋਇਆ ਵੀ ਹੱਕ ਵਾਲੇ ਵੀ। ਸੁਖਰਾਜ ਜੱਗੂ ਕਹਿੰਦੇ ਖੇਡਦਾ ਵੀ ਪੰਜਾਬ ਟਾਈਗਰ ਦੇ ਲਈ ਹੈ, ਐਨ ਕਹਿੰਦੇ ਮਾਣ ਹੈ ਹਰਦੀਪ ਫੁੱਲ ਨੂੰ, ਔਰ ਕਹਿੰਦੇ ਦੀਪ ਢਿੱਲੋ ਨੂੰ, ਔਰ ਨਾਲ ਕਹਿੰਦੇ ਜਗਦੇਵ ਦਾ ਪਿੰਡ ਹੈ ਅੱਜ ਉਹਦੇ ਪਿੰਡ ਰੌਣਕਾਂ ਲੱਗੀਆਂ ਹੋਈਆਂ ਨੇ। ਸਾਹਮਣੇ ਪਿਸਲ ਦੀ ਪਈ ਹੋਈ ਕਬੱਡੀ ਚਾਰ ਜਾਫੀਆਂ ਵਿੱਚੋਂ, ਵਾਹੇ ਬਰਸਾਲਪੁਰੀ ਹੈ ਅੰਮ੍ਰਿਤ ਬਰਸਾਲਪੁਰੀ ਆ, ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ। ਸਮਾਣੇ ਵਾਲਾ ਬੰਨੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਬੰਨੀ ਸਮਾਣੇ ਵਾਲਾ ਕਬੱਡੀ ਬਣੀ ਸਮਾਣੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ। ਭਾਈ ਜਗਦੇਵ ਹੁਣੀ ਆਉਂਦੇ ਵੀ ਜੱਗੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਆਹ ਖੇਡਣਾ ਤੇ ਨਹੀਂ ਸੀ ਪਰ ਯਾਰੀ ਖਾਤਰ ਪਿਆਰ ਖਾਤਰ ਪੁੱਜਿਆ ਲੈ ਵੀ ਜੱਗੂ ਵਿਸ਼ੇਸ਼ ਤੌਰ ਤੇ ਕਰੀ, ਫਿਰ ਤੇਰਾ ਧੰਨਵਾਦ ਕਰਦੇ ਹੈ, ਦੁਨੀਆ ਪਿਆਰ ਕਰਦੀ ਹੈ। ਪਰ ਮੁਕਾਬਲਾ ਕਹਿੰਦੇ ਸਿਰੇ ਦਾ ਚੱਲਦਾ, ਭਿੰਡਰਾਂ ਵਾਲੇ ਵੀ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ ਤੇ ਨਾਮ ਪ੍ਰਸਾਦਪੁਰੀਆਂ ਦਾ ਵੀ ਅੱਜ ਕਦੇ ਟਾਈਮ ਦੇ ਵਿੱਚ ਐਨ ਸ਼ਿਖਰ ਤੇ ਆ, ਤਾਂ ਪਈ ਹੋਈ ਰੇਡ ਤੇ ਕੌਣ ਕੌਣ ਬੱਲੇ ਬੱਲੇ ਕਰਾਵੇਗਾ, ਬੱਟਾਂ ਤੇ ਥਾਪੀਆਂ ਵੱਜ ਰਹੀਆਂ, ਮੈਚ ਕਹਿੰਦੇ ਫਸਿਆ ਪਿਆ, ਤਾਂ ਪੈਂਦੀ ਰੇਡ ਤੇ ਗੁਰੂ ਸਰੀਆ ਵੀ ਸਰਾ ਲਾਈ ਆਉਂਦਾ, ਆਹ ਗੁਰੂ ਸਰੀਆ ਵੀ ਬਲੇ ਬਲੇ ਕਰਾਈ ਆਉਂਦਾ, ਕੁਲਵਿੰਦਰ ਆ ਗਿਆ, ਮਨ ਕਰੀ ਗੱਲ ਇਸ ਗੱਲੋਂ ਦੀ। ਜਲਵੇਰੇ ਵਾਲਾ ਕੁਲਵਿੰਦਰ ਇਸ ਵੇਲੇ ਕਬੱਡੀ ਪਾਉਣ ਦੇ ਲਈ ਵੱਧ ਹੈ, ਇਹ ਵੀ ਪੰਜਾਬ ਟਾਈਗਰ ਦੇ ਲਈ ਖੇਡਿਆ ਕੈਨੇਡਾ ਦੇ ਵਿੱਚ ਮੇਰੇ ਵੀਰੋ। ਔਰ ਸਾਹਮਣੇ ਪਈ ਹੋਈ ਨੌਜਵਾਨ ਦੀ ਰੇਡ, ਚਾਰ ਜਾਫੀ ਤਿਆਰ ਨੇ, ਗੁਰਦਿਆਲਾ ਭਿੰਡਰਾਂ ਵਾਲੇ ਬੱਬੂ ਦਾ ਵੱਡਾ ਨਾਮ ਹੈ, ਆਓ ਵੇਖਦਾ ਵੀ ਇਸ ਵੇਲੇ
ਘੋਲੀਏ ਵਾਲੇ ਨੂੰ ਟੱਚ ਕਰਕੇ ਉਂਗਲੀ ਖੜੀ ਮੁੰਡੇ ਦੀ, ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ। ਪਿਸਲ ਭਿੰਡਰਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਬਲਜਿੰਦਰ ਭਿੰਡਰ ਦਾ ਵੱਡਾ ਨਾਂ ਹੈ ਖੇਡ ਕਬੱਡੀ ਦੇ ਵੱਡੇ ਪ੍ਰਮੋਟਰਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਉਹਦੇ ਪਿੰਡ ਦੀ ਟੀਮ ਖੇਡ ਰਹੀ ਹੈ। ਆਓ ਸਾਹਮਣੇ ਪਈ ਹੋਈ ਕਬੱਡੀ, ਚਾਰ ਜਾਫੀਆਂ ਵਿੱਚੋਂ ਕਿਹੜਾ ਖਿਡਾਰੀ ਔਰ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਹੈ, ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਪਲੀਜ਼ ਥੋੜਾ ਸਾਈਡ ਤੇ ਹੋ ਜਾਣ, ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਕਿਰਪਾ ਕਰਕੇ ਥੋੜਾ ਸਾਈਡ ਤੇ ਹੋ ਜਾਣ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਨੌਜਵਾਨ ਬਣੀ ਸਮਾਣੇ ਵਾਲਾ ਸਮਾਣਾ ਤੇ ਸਢੌਰਾ, ਜਿਹੜੇ ਮੁੰਡੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜਾਂ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ ਉਹ ਜਾਣਦੇ ਵੀ ਸਮਾਣਾ ਤੇ ਸਢੌਰਾ ਕਿਹੜੀਆਂ ਲੜਾਈਆਂ ਲੜੀਆਂ ਗਈਆਂ, ਕਿਹਨਾਂ ਕਿਹਨਾਂ ਦੇ ਵਿਚਕਾਰ ਲੜੀਆਂ ਗਈਆਂ। ਇਹ ਹਿਸਟਰੀ ਵਾਲੇ ਪਾਸੇ ਜਾਂਦੇ ਆ, ਇਤਿਹਾਸ ਬਹੁਤ ਵੱਡਾ ਪਰ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਆ ਨੌਜਵਾਨ ਦਾ ਨਾਂ ਵੱਡਾ। ਉਹ ਪਈ ਹੋਈ ਰੇਡ ਤੇ ਕਿ ਨਾਲ ਮਾਸ ਤੇ ਗੁੰਦੀਆਂ ਹਿੱਕਾਂ ਦੌਲਿਆਂ ਦੇ ਵਿੱਚ ਜਾਨਾਂ ਵਿੱਚ ਮੈਦਾਨੇ ਟੱਕਰ ਲੈਣੀ ਭਿੜਦੇ ਵਾਂਗ ਸਾਨਾ, ਜਦ ਗੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ। ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ ਦਿੰਦੇ, ਹਿੰਦ ਪਾਕ ਦੀ ਜੰਗ ਵਰਗਾ। ਪਰ ਆ ਜਾਫੀ ਅੱਜ ਦੇ ਟਾਈਮ ਦਾ ਸਿਰੇ ਦਾ ਹੈ, ਆ ਬੱਲੇ ਬੱਲੇ ਕਰਾਉਂਦਾ ਹੈ, ਇੱਕ ਯੋਰ ਨਾਲ ਜਫੇ ਲਾਉਂਦਾ ਹੈ, ਪਰ ਗੁਰੂ ਸਰੀਆ ਵੀ ਛੇਤੀ ਲੋਟ ਨਹੀਂ ਆਉਂਦਾ। ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਧਰਮਪੁਰੇ ਵਾਲੇ ਕੁਲਵਿੰਦਰ ਦੀ ਕਬੱਡੀ ਪੈ ਰਹੀ ਹੈ। ਸਿਰੇ ਦਾ ਮੈਚ ਹੈ, ਦੁਨੀਆ ਆਨੰਦ ਮਾਰ ਰਹੀ ਹੈ। ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ। ਸਿਰਾ ਹੋਣ ਵਾਲੀ ਗੱਲ ਹੋ ਗਈ ਹੈ, ਸਿਰਾ ਹੋਣ ਵਾਲੀ। ਰਾਮੂ ਵਾਲੀਆਂ ਨੇ ਟੌਪ ਦੇ ਸਟਾਰ ਸੱਦੇ ਆ, ਵੱਡੇ ਸਟਾਰ ਸੱਦੇ ਆ। ਭਾਈ ਜਗਦੇਵ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਉੱਥੇ ਵੀ ਨੀਂਦਾਂ ਛੱਡੀਆਂ ਪਿੰਡ ਮੇਲਾ। ਭਾਈ ਕਹਿੰਦਾ ਸੀ ਵੀ ਪਿੰਡ ਵਾਲਿਆਂ ਨੇ ਚੰਗੀ ਟੈਨਸ਼ਨ ਦਿੱਤੀ ਹੈ ਵੀ ਆਹ ਖਿਡਾਰੀ ਵੀ ਚਾਹੀਦਾ, ਆਹ ਵੀ ਟੀਮ ਆਉਣੀ ਚਾਹੀਦੀ ਹੈ। ਬੜਾ ਜ਼ੋਰ ਲੱਗਾ, ਧੰਨਵਾਦ ਕਰਦੇ ਆ ਵੀਰਾਂ ਦਾ ਦਿਲੋਂ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਪਿਸਟਲ, ਪਿਸਟਲ ਪਿੰਡਰਾਂ ਵਾਲਾ ਵਰਿੰਦਰ ਪਿਸਟਲ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ। ਹਾਂ ਅਮਰਤਾ ਬਰਸਾਲਪੁਰੀ ਹੈ, ਖੇਡ ਮੈਦਾਨ ਦੇ ਵਿੱਚ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਇਹ ਬਰਸਾਲਪੁਰੀ। ਇਹਨੇ ਕਹਿੰਦੇ ਪਿਸਟਲ ਨੂੰ ਜੱਫਾ ਲਾ ਕੇ ਬੱਲੇ ਬੱਲੇ ਕਰਵਾਈ ਹੈ। ਅਗਲੀ ਰੇਡ ਸਮਾਣੇ ਵਾਲੇ ਬੰਨੀ ਨੇ ਪਾਈ ਹੈ, ਬੰਨੀ ਸਮਾਣਾ 6 ਫੁੱਟ ਦੇ ਕਰੀਬ ਕਾਟਾ ਕੁਆਂਟਲ ਤੋਂ ਵਜਨ ਅਗਲੇ ਪਾਸੇ ਰਵੀ ਗੁਰਦਿਆਲਾ ਜੱਫਾ ਲਾਉਣਾ ਪੈਣਾ। ਪਰ ਬੜੀ ਸਮਾਣੇ ਵਾਲਾ ਤਕੜਾ ਨੰਬਰ ਜੁੜ ਗਿਆ ਕਿ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਫੜਿਆ। ਜਿਹੜਾ ਪਹਿਲਾਂ ਉਧਰਲੇ ਸਾਈਡ ਰੀਪਲੇ ਸੀਗਾ ਉਹ ਨੰਬਰ ਜਿਹੜਾ ਰੈਫਰੀ ਡਿਸੀਜਨ ਹੀ ਹੈ, ਉਹ ਨੰਬਰ ਰੇਡਰ ਦਾ ਹੈ, ਤੇ ਜਿਹੜਾ ਇਧਰਲੀ ਸਾਈਡ ਰੀਪਲੇ ਸੀ ਇਹ ਨੰਬਰ ਜਾਫੀਆਂ ਦਾ। ਇੱਕ ਪੁਆਇੰਟ ਜਿਹੜਾ ਹੈ ਉਹ ਬਰਸਾਲਪੁਰ ਦਾ ਤੇ ਇੱਕ ਜਿਹੜਾ ਭਿੰਡਰਾਂ ਦਾ ਹੈ। ਇਹ ਸਾਡੇ ਦਿਲਵਰ ਝਨੇਰ ਦੀ ਜਾਣਕਾਰੀ ਦੇ ਰਹੇ ਆ। ਸਾਹਮਣੇ ਕਬੱਡੀ ਪੈ ਗਈ ਹੈ, ਕਹਿੰਦੇ ਇੰਦਰਜੀਤ ਬਣੀ ਸਮਾਣੇ ਦੀਆਂ 3 ਰੇਡਾਂ 2000 ਦੀਆਂ। ਭਾਈ ਜਗਦੇਵ ਰਾਮੂ ਵਾਲੀਆ ਕੈਨੇਡਾ ਤੋਂ ਨਾਲ ਸੁਖਦੀਪ ਕੈਨੇਡਾ ਤੇ ਪੰਜਾਬ ਟਾਈਗਰ ਕਲੱਬ ਦੇ ਵੱਲੋਂ 3 ਰੇਡਾਂ 2000 ਦੀਆਂ। ਪਰ ਗੁਰੂ ਸਰੀਆ ਦੀ ਰੇਡ ਤੇ ਅਰਸ ਬਰਸਾਲਪੁਰੀ ਆ, ਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਕਬੱਡੀ ਕਰ ਗੁਰੂ ਸਰੀਆ, ਤਗੜਾ ਨੰਬਰ ਜੁੜ ਗਿਆ ਨੰਬਰ ਇਸ ਵੇਲੇ ਰੇਡਰ ਦਾ ਹਰਮਨ ਘੋਲੀਏ ਦਾ, ਪਿਸਲ ਭਿੰਡਰਾਂ ਵਾਲਾ। ਭਾਵੇਂ ਕਹਿੰਦੇ ਕੁਲਵਿੰਦਰ ਦੀ ਗੱਲ ਹੈ, ਐਨ ਕਹਿੰਦੇ ਭਾਵੇਂ ਭੇਲੂ ਦੀ ਗੱਲ ਹੈ ਮੇਰੇ ਵੀਰੋ, ਸਾਰੇ ਖਿਡਾਰੀ ਨਿਊਜ਼ੀਲੈਂਡ ਦੇ ਵਿੱਚ ਰਾਮੂ ਵਾਲੀਏ ਜੱਗੀ ਲਈ ਖੇਡੇ ਹੈ, ਹਾਕਮ ਵਾਲੀਆ ਜੱਗੂ ਔਰ ਨਾਲ ਕਹਿੰਦੇ ਕੁਲਵਿੰਦਰ ਵਰਗੇ ਇਹ ਨੌਜਵਾਨ ਪੰਜਾਬ ਟਾਈਗਰ ਦੇ ਲਈ ਬੱਲੇ ਬੱਲੇ ਕਰਵਾਈ ਹੈ ਜਗਦੇਵ ਦੀ ਟੀਮ ਦੇ ਲਈ ਮੇਰੇ ਵੀਰੋ। ਪਰ ਸਾਹਮਣੇ ਵੇਖਦਾ ਵੀ ਉਂਗਲੀ ਖੜੀ ਮੁੰਡੇ ਦੀ, ਆਹ ਸਿੱਖ ਸਰਦਾਰ ਫੱਬਦਾ ਕੁਲਵਿੰਦਰ ਜਲਵੇੜੇ ਵਾਲਾ, ਤਗੜਾ ਨੰਬਰ ਜੋੜਦਾ ਪਿਸਟਲ ਭਿੰਡਰਾਂ ਵਾਲਾ ਕਬੱਡੀ ਪਾਉਣ ਦੇ ਲਈ। ਵਰਿੰਦਰ ਸਿੰਘ ਤੋਰ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ, ਵਰਿੰਦਰ ਸਿੰਘ ਤੋਰ ਖੇਡ ਮੈਦਾਨ ਦੇ ਵਿੱਚੋਂ, ਸੁਖਦੀਪ ਕੈਨੇਡਾ ਤੇ ਜਗਦੇਵ ਕੈਨੇਡਾ। ਹਾਕਮ ਵਾਲੀਏ ਜੱਗੂ ਨੇ 2 ਜਫੇ 5000 ਦੇ ਹੋਣਗੇ। ਆਹ ਪੈਂਦੀ ਰੇਟ ਤੇ ਗੀਤਾ ਕੋੜ ਕਿਉੜੀਆ ਫੈਸਲਾ ਕਰ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਆ ਜਿਹੜਿਆ ਨੰਬਰ ਇਸ ਵੇਲੇ ਪਿਸਟਲ ਭਿੰਡਰਾਂ ਵਾਲੇ ਨੇ ਕਹਿੰਦੇ ਭਿੰਡਰਾਂ ਦੀ ਟੀਮ ਦੇ ਲਈ ਜੋੜ ਦਿੱਤਾ ਮੇਰੇ ਵੀਰੋ। ਉਧਰ ਬੱਬੂ ਮਨਦੀਪ ਜੱਸੂ ਤੇ ਹਰਮਨ
ਘੋੜੀਏ ਵਾਲਾ ਤਿਆਰ ਨੇ ਮੇਰੇ ਵੀਰੋ। ਸਿਰੇ ਦੇ ਖਿਡਾਰੀ ਜਿਹੜੇ ਹੈ ਅੱਜ ਕਹਿੰਦੇ ਰਾਮੂ ਵਾਲੇ ਦੇ ਕਬੱਡੀ ਕੱਪ ਤੇ ਖੇਡ ਗਏ ਹੈ, ਭਾਵੇਂ ਪੰਜਾਬ ਦੇ ਵਿੱਚ ਵੱਡੇ ਟੂਰਨਾਮੈਂਟ ਸੀਗੇ, ਅੱਜ ਕਹਿੰਦੇ ਫਿਰ ਵੀ ਟੀਮਾਂ ਜਿਹੜੀ ਕਹਿੰਦੇ ਕਰੀਮ ਰਾਮੂ ਵਾਲੇ ਆਈ ਆ ਉਹ ਥਾਪੀਆਂ ਮਾਰਦਾ ਹੈ। ਆਹ ਉਂਗਲੀ ਖੜੀ, ਤਾੜੀਆਂ ਮਾਰਿਓ ਧਰਮਪੁਰੇ ਵਾਲੇ ਲਈ, ਜਲਵੇੜੇ ਵਾਲੇ ਲਈ ਮੁੰਡੇ ਨੇ ਸਮਾਪਾ। ਲੈ ਵੀ ਰਾਮੂ ਵਾਲੀ ਉਹ ਮਹਾਂਪੁਰਸ਼ਾਂ ਦੀ ਯਾਦ ਸਟੇਡੀਅਮ ਹੈ, ਵੱਡੇ ਵੱਡੇ ਸਟਾਰ ਆਏ, ਇੱਕ ਜਕਾਰਾ ਲਾਉਣਾ, ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਵੱਜ ਕੇ ਜਵਾਬ ਦਿਓ ਬੋਲੇ ਸੋਹਾਲ। ਜਿਉਂਦੇ ਰਹੋ, ਰੱਬ ਤੁਹਾਨੂੰ ਰਾਜੀ ਰੱਖੇ, ਤੁਹਾਡੇ ਹੱਥ ਬਾਜੀ ਰੱਖੇ। ਲੈ ਵੀ ਅਮਰ ਪੁਆਇੰਟ ਜ਼ਰੂਰ ਅਨਾਊਂਸ ਕਰ ਦੇ, ਪਿੰਡਰਾਂ ਦੇ 10 ਨੰਬਰ ਰਹੇ ਹੈ ਤੇ ਬਰਸਾਲਪੁਰ ਦੇ 14.5। ਫਾਈਨਲ ਮੈਚ ਬਰਸਾਲਪੁਰ ਤੇ ਕਲਸੀਆਂ ਦੀਆਂ ਟੀਮਾਂ ਦੇ ਦਰਮਿਆਨ ਥੋੜੇ ਸਮੇਂ ਦੇ ਬਾਅਦ ਖੇਡਿਆ ਜਾਵੇਗਾ। ਇਹ ਟੀਮਾਂ ਤਿਆਰ ਰਹਿਣਗੀਆਂ, ਸਾਡੇ ਸਾਥੀ ਬੁਲਾਰੇ ਆਉਣਗੇ। ਹਾਂ, ਬੇਨਤੀ ਕਰਦੇ ਹਾਂ ਜੀ ਸਾਡੇ ਲਵਲੀ ਹੁਣੀ ਤੇ ਜੌਰਡਨ ਵੀਰੋ ਮਾਈਕ ਦੇ ਉੱਪਰ ਆ ਜਾਣ ਤੇ